ਦੇਖੋ ਬੱਚਿਓ, ਇਹ ਪਰਮਾਤਮਾ ਨੇ 84 ਲੱਖ ਜੂਨ ਭੋਗ ਕੇ ਤੁਹਾਨੂੰ ਜਿਹੜਾ ਇਹ ਜਿਹੜਾ ਜਨਮ ਹੈ ਇਹ ਮਿਲਿਆ ਆ। ਉਹਦੇ ਵਿੱਚ ਆਪਾਂ ਕੀ ਕਰ ਰਹੇ ਹਾਂ, ਮੇਨ ਰੋਡ ਦੇ ਉੱਪਰ ਟਰੈਕਟਰ ਨਾਲ ਸਟੰਟ ਕਰ ਰਹੇ ਹਾਂ। ਜਿੱਦਾਂ ਟਰੈਕਟਰ ਚੁੱਕ ਚੁੱਕ ਥੱਲੇ ਮਾਰਦੇ ਹੋ, ਅਗਰ ਕੋਈ ਹਿੱਸਾ ਟੁੱਟ ਜਾਵੇ, ਉਹਦਾ ਵਿੱਚੋਂ ਕੋਈ ਹਿੱਸਾ ਟੁੱਟ ਜਾਵੇ ਜਾਂ ਕੋਈ ਅਗਲਾ ਟਰੈਕਟਰ ਅਗਲਾ ਟਾਇਰ ਆ ਉਹ ਟੁੱਟ ਕੇ ਡਿੱਗ ਪਵੇ, ਕੋਈ ਸੱਟ ਪਿੱਟ ਲੱਗ ਜਾਵੇ, ਤੁਹਾਡੇ ਲੱਗ ਜਾਵੇ ਜਾਂ ਜਿਹੜੇ ਲੋਕ ਪਿੱਛੋਂ ਆ ਰਹੇ ਆ ਗੱਡੀਆਂ ਲੈ ਕੇ ਉਹਨਾਂ ਦੇ ਲੱਗ ਜਾਵੇ, ਕੌਣ ਜ਼ਿੰਮੇਵਾਰ ਆ? ਤੁਹਾਨੂੰ ਇੰਨਾ ਸਮਝਾਉਣ ਦੇ ਬਾਵਜੂਦ ਵੀ ਤੁਸੀਂ ਸਮਝਦੇ ਨਹੀਂ। ਹੁਣ ਇਹਦੇ ਵਾਸਤੇ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਇਸ ਚੀਜ਼ ਦਾ, ਸ਼ਰਮਿੰਦਗੀ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ। ਹੁਣ ਜਦੋਂ ਘਰ ਆਏ ਆ ਅਤੇ ਬਾਪ ਉਹਦਾ ਬੜਾ ਖੁੰਖਾਰ, ਕਹਿੰਦਾ ਲਿਆਓ ਜੀ ਮੈਨੂੰ, ਹੁਣੇ ਛਿੱਤਰ ਫਿਰਦਾ ਇਹਨੂੰ, ਇਹਨੇ ਕਿਉਂ ਇੱਦਾਂ ਕੀਤਾ? ਜਦਕਿ ਪੇਰੈਂਟਸ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਕਿ ਬੱਚੇ ਕੀ ਕਰ ਰਹੇ ਆ। ਅਸੀਂ ਉਹਨੂੰ ਰੋਕਿਆ ਕਿ ਨਹੀਂ, ਬੱਚੇ ਨੂੰ ਮਾਰਨਾ ਨਹੀਂ, ਜੇ ਅਸੀਂ ਮਾਰਨਾ ਹੁੰਦਾ ਤਾਂ ਇਹਨੂੰ ਅਸੀਂ ਇਹਦੇ ਘਰ ਥੋੜ੍ਹੇ ਆਉਂਦੇ। ਅਸੀਂ ਘਰ ਤੁਹਾਡੇ ਇੱਕ ਮੈਸੇਜ ਦੇਣ ਵਾਸਤੇ ਆਏ ਕਿ ਬੱਚੇ ਆਹ ਕੰਮ ਕਰ ਰਹੇ ਆ, ਬੱਚਿਆਂ ਨੂੰ ਇਹਨਾਂ ਕੰਮਾਂ ਤੋਂ ਹਟਾਓ। ਉਸ ਬੱਚੇ ਨੂੰ ਵੀ ਪਿਆਰ ਨੂੰ ਸਮਝਾਇਆ, ਉਹਦੇ ਪੇਰੈਂਟਸ ਨੂੰ ਵੀ ਸਮਝਾਇਆ ਕਿ ਇਹਨਾਂ ਬੱਚਿਆਂ ਨੂੰ ਇਸ ਕੰਮ ਤੋਂ ਸਮਝਾਓ ਕਿ ਜ਼ਿੰਦਗੀ ਵਿੱਚ ਅਜਿਹੀ ਗਲਤੀ ਹੈ ਨਾ ਕਰਨ। ਪਰ ਅਸੀਂ ਕਾਨੂੰਨ ਜਿਹੜਾ ਸਾਨੂੰ ਇਸ ਕੰਮ ਵਾਸਤੇ ਮਜਬੂਰ ਹੈ, ਇਹ ਕੰਮ ਕਰਨ ਨੂੰ ਵੀ ਇੱਥੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਹੋਣੀ ਚਾਹੀਦੀ ਹੈ। ਇਹ ਗਿਫਟ ਤੁਹਾਡਾ ਤਿਆਰ ਹੈ ਅਤੇ ਬੱਚੇ ਪਲੀਜ਼ ਅੱਗੇ ਤੋਂ ਕੋਈ ਇੱਦਾਂ ਦਾ ਕੰਮ ਜਿਹੜਾ ਨਹੀਂ ਕਰਨਾ। ਔਰ ਤੁਹਾਡੇ ਮਾਧਿਅਮ ਰਾਹੀਂ ਮੈਂ ਹੋਰ ਦੂਜੇ ਬੱਚਿਆਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਬੱਚਾ ਮੋਟਰਸਾਈਕਲ 'ਤੇ, ਸਕੂਟਰ 'ਤੇ ਜਾਂ ਟਰੈਕਟਰ ਵਗੈਰਾ 'ਤੇ ਕੋਈ ਸਟੰਟ ਮਾਰ ਕੇ ਆਪਣੀ ਜਾਨ ਖਤਰੇ ਵਿੱਚ ਨਾ ਪਾਵੇ। ਇਹਦੇ ਵਾਸਤੇ ਜਿਹੜੀ ਪੁਲਿਸ ਹੁਣ ਪਹਿਲਾਂ ਵਾਲੀ ਨਹੀਂ ਰਹੀ, ਮਾਨਯੋਗ SSP ਸ਼੍ਰੀ ਸੁਰਿੰਦਰ ਲਾਂਬਾ ਜੀ IPS ਜੀ ਨੇ ਬਹੁਤ ਇਹ 'ਤੇ ਸਖਤਾਈ ਕੀਤੀ ਹੈ। ਇਸ ਕਰਕੇ ਪੁਲਿਸ ਬਚੋ, ਜਿਹਦੀ ਵੀਡੀਓ ਸਾਡੇ ਕੋਲ ਆ ਗਈ ਜਾਂ ਫੋਟੋ ਆ ਗਈ ਉਸ ਬੱਚੇ ਦਾ ਸਾਡੇ ਕੋਲ ਬਚਣਾ ਬਹੁਤ ਔਖਾ। ਥੈਂਕ ਯੂ ਜੀ। ਦੇਖੋ ਬੱਚਿਓ, ਇਹ ਪਰਮਾਤਮਾ ਨੇ 84 ਲੱਖ ਜੂਨ ਭੋਗ ਕੇ ਤੁਹਾਨੂੰ ਜਿਹੜਾ ਇਹ ਜਿਹੜਾ ਜਨਮ ਹੈ ਇਹ ਮਿਲਿਆ ਆ। ਉਹਦੇ ਵਿੱਚ ਆਪਾਂ ਕੀ ਕਰ ਰਹੇ ਹਾਂ, ਮੇਨ ਰੋਡ ਦੇ ਉੱਪਰ ਟਰੈਕਟਰ ਨਾਲ ਸਟੰਟ ਕਰ ਰਹੇ ਹਾਂ। ਜਿੱਦਾਂ ਟਰੈਕਟਰ ਚੁੱਕ ਚੁੱਕ ਥੱਲੇ ਮਾਰਦੇ ਹੋ, ਅਗਰ ਕੋਈ ਹਿੱਸਾ ਟੁੱਟ ਜਾਵੇ, ਉਹਦਾ ਵਿੱਚੋਂ ਕੋਈ ਹਿੱਸਾ ਟੁੱਟ ਜਾਵੇ ਜਾਂ ਕੋਈ ਅਗਲਾ ਟਰੈਕਟਰ ਅਗਲਾ ਟਾਇਰ ਆ ਉਹ ਟੁੱਟ ਕੇ ਡਿੱਗ ਪਵੇ, ਕੋਈ ਸੱਟ ਪਿੱਟ ਲੱਗ ਜਾਵੇ, ਤੁਹਾਡੇ ਲੱਗ ਜਾਵੇ ਜਾਂ ਜਿਹੜੇ ਲੋਕ ਪਿੱਛੋਂ ਆ ਰਹੇ ਆ ਗੱਡੀਆਂ ਲੈ ਕੇ ਉਹਨਾਂ ਦੇ ਲੱਗ ਜਾਵੇ, ਕੌਣ ਜ਼ਿੰਮੇਵਾਰ ਆ? ਤੁਹਾਨੂੰ ਇੰਨਾ ਸਮਝਾਉਣ ਦੇ ਬਾਵਜੂਦ ਵੀ ਤੁਸੀਂ ਸਮਝਦੇ ਨਹੀਂ। ਹੁਣ ਇਹਦੇ ਵਾਸਤੇ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਇਸ ਚੀਜ਼ ਦਾ, ਸ਼ਰਮਿੰਦਗੀ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ। ਹੁਣ ਜਦੋਂ ਘਰ ਆਏ ਆ ਅਤੇ ਬਾਪ ਉਹਦਾ ਬੜਾ ਖੁੰਖਾਰ, ਕਹਿੰਦਾ ਲਿਆਓ ਜੀ ਮੈਨੂੰ, ਹੁਣੇ ਛਿੱਤਰ ਫਿਰਦਾ ਇਹਨੂੰ, ਇਹਨੇ ਕਿਉਂ ਇੱਦਾਂ ਕੀਤਾ? ਜਦਕਿ ਪੇਰੈਂਟਸ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਕਿ ਬੱਚੇ ਕੀ ਕਰ ਰਹੇ ਆ। ਅਸੀਂ ਉਹਨੂੰ ਰੋਕਿਆ ਕਿ ਨਹੀਂ, ਬੱਚੇ ਨੂੰ ਮਾਰਨਾ ਨਹੀਂ, ਜੇ ਅਸੀਂ ਮਾਰਨਾ ਹੁੰਦਾ ਤਾਂ ਇਹਨੂੰ ਅਸੀਂ ਇਹਦੇ ਘਰ ਥੋੜ੍ਹੇ ਆਉਂਦੇ। ਅਸੀਂ ਘਰ ਤੁਹਾਡੇ ਇੱਕ ਮੈਸੇਜ ਦੇਣ ਵਾਸਤੇ ਆਏ ਕਿ ਬੱਚੇ ਆਹ ਕੰਮ ਕਰ ਰਹੇ ਆ, ਬੱਚਿਆਂ ਨੂੰ ਇਹਨਾਂ ਕੰਮਾਂ ਤੋਂ ਹਟਾਓ। ਉਸ ਬੱਚੇ ਨੂੰ ਵੀ ਪਿਆਰ ਨੂੰ ਸਮਝਾਇਆ, ਉਹਦੇ ਪੇਰੈਂਟਸ ਨੂੰ ਵੀ ਸਮਝਾਇਆ ਕਿ ਇਹਨਾਂ ਬੱਚਿਆਂ ਨੂੰ ਇਸ ਕੰਮ ਤੋਂ ਸਮਝਾਓ ਕਿ ਜ਼ਿੰਦਗੀ ਵਿੱਚ ਅਜਿਹੀ ਗਲਤੀ ਹੈ ਨਾ ਕਰਨ। ਪਰ ਅਸੀਂ ਕਾਨੂੰਨ ਜਿਹੜਾ ਸਾਨੂੰ ਇਸ ਕੰਮ ਵਾਸਤੇ ਮਜਬੂਰ ਹੈ, ਇਹ ਕੰਮ ਕਰਨ ਨੂੰ ਵੀ ਇੱਥੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਹੋਣੀ ਚਾਹੀਦੀ ਹੈ। ਇਹ ਗਿਫਟ ਤੁਹਾਡਾ ਤਿਆਰ ਹੈ ਅਤੇ ਬੱਚੇ ਪਲੀਜ਼ ਅੱਗੇ ਤੋਂ ਕੋਈ ਇੱਦਾਂ ਦਾ ਕੰਮ ਜਿਹੜਾ ਨਹੀਂ ਕਰਨਾ। ਔਰ ਤੁਹਾਡੇ ਮਾਧਿਅਮ ਰਾਹੀਂ ਮੈਂ ਹੋਰ ਦੂਜੇ ਬੱਚਿਆਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਬੱਚਾ ਮੋਟਰਸਾਈਕਲ 'ਤੇ, ਸਕੂਟਰ 'ਤੇ ਜਾਂ ਟਰੈਕਟਰ ਵਗੈਰਾ 'ਤੇ ਕੋਈ ਸਟੰਟ ਮਾਰ ਕੇ ਆਪਣੀ ਜਾਨ ਖਤਰੇ ਵਿੱਚ ਨਾ ਪਾਵੇ। ਇਹਦੇ ਵਾਸਤੇ ਜਿਹੜੀ ਪੁਲਿਸ ਹੁਣ ਪਹਿਲਾਂ ਵਾਲੀ ਨਹੀਂ ਰਹੀ, ਮਾਨਯੋਗ SSP ਸ਼੍ਰੀ ਸੁਰਿੰਦਰ ਲਾਂਬਾ ਜੀ IPS ਜੀ ਨੇ ਬਹੁਤ ਇਹ 'ਤੇ ਸਖਤਾਈ ਕੀਤੀ ਹੈ। ਇਸ ਕਰਕੇ ਪੁਲਿਸ ਬਚੋ, ਜਿਹਦੀ ਵੀਡੀਓ ਸਾਡੇ ਕੋਲ ਆ ਗਈ ਜਾਂ ਫੋਟੋ ਆ ਗਈ ਉਸ ਬੱਚੇ ਦਾ ਸਾਡੇ ਕੋਲ ਬਚਣਾ ਬਹੁਤ ਔਖਾ।
ਥੈਂਕ ਯੂ ਜੀ।